ਬਿਲਕੀ ਜੁੱਤੀ ਟਰੈਕਟਰ ਥੱਲੇ ਬੱਧੀ ਹੋਵੇ ਨਜ਼ਰ ਨਹੀਂ ਚ ਲੱਗਦੀ ਉਹਨਾਂ ਨੂੰ ਪਤਾ ਨਹੀਂ ਹੈਗਾ ਪਰ ਅਸੀਂ ਉਹਨਾਂ ਨੂੰ ਹੌਲੀ ਹੌਲੀ ਇਸ ਚਾਟੇ ਆ ਟੂਨੇ ਟਾਣੇ ਸਾਡੇ ਉੱਥੇ ਵੀ ਲੋਕ ਨਹੀਂ ਚੱਲਦੇ ਕਰਦੇ ਆ ਕਈ ਜਾ ਕੇ ਉੱਥੇ ਕਿਉਂਕਿ ਕਾਰਨ ਕੀ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਹਾਂ ਇਸ ਕਰਕੇ ਬਾਣੀ ਕਹੇ ਪਾਰ ਤਨ ਪਰਾਇਆ ਤਨ ਪਰ ਤਨ ਪਰ ਤਨ ਤੇ ਪਰ ਤਨ ਪਰ ਤੀ ਨਿੰਦਾ ਦੂਜੇ ਦੀ ਨਿੰਦਿਆ ਕਰਨੀ ਕੋਲੋਂ ਗੱਲਾਂ ਬਣਾ ਬਣਾ ਕੇ ਇਹਨੂੰ ਬਦਨਾਮ ਕਰਨਾ ਇਹ ਪ੍ਰਸੰਗ ਨਾ ਟੁੱਟੇ ਇਹ ਲੜੀ ਟੁੱਟਦੀ ਨਹੀਂ ਆਵਾ ਗੌਣ ਹੋ ਤਾ ਫੁਨ ਫੁਨ ਸਵੇਰੇ ਮੰਝੇ ਤੇ ਉੱਠਣ ਤੋਂ ਲੈ ਕੇ ਬੈੱਡ ਤੋਂ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਬੰਦਾ ਦਿਹਾੜੇ ਚ ਕਿੰਨੀ ਵਾਰ ਜੰਮਦਾ ਮਰਦਾ ਭਲਾ ਸਰੀਰ ਦੀ ਮੌਤ ਇੱਕੇ ਵਾਰ ਹੀ ਹੋਣੀ ਆ ਪਰ ਬੰਦਾ ਕਿੰਨੀ ਮਰਦਾ ਕਿਦੇ ਕਿਦੀ ਜਿੰਸ ਵੇਖ ਕੇ ਹੌਕਾ ਨਿਲਗੇ ਹਾਏ ਹੁਣ ਕਈ ਵੀਰੀ ਕੋਈ ਗਵਾਂਢੀ ਟਰੈਕਟਰ ਲੈ ਕੇ ਆਇਆ ਗੱਡੀ ਲੈ ਕੇ ਆ ਲੱਡੂਆਂ ਦਾ ਡੱਬਾ ਕਰਦਾ ਆਪਣੇ ਅੱਗੇ ਤੇ ਆਪਾਂ ਪੁੱਛ ਲੈਨੇ ਇਹ ਕਾਦੀ ਟਰੈਕਟਰ ਲੈ ਆਇਆ ਲੱਡੂ ਤੇ ਮੂੰਹ 'ਚ ਪਾ ਲਿੰਦਾ ਪਰ ਲੰਗਦਾ ਉਹਨੂੰ ਮੂੰਹ ਦੇ ਵਿੱਚ ਲੱਡੂ ਤੇ ਪਾ ਲਿੰਦਾ ਉਹ ਕਹਿੰਦਾ ਗੱਡੀ ਲੈ ਕੇ ਆਏ ਆ ਹੁਣ ਲੱਡੂ ਤੇ ਨਗਾ ਲਿੰਦਾ ਮਨ ਅੰਦਰ ਪਰ ਉਹਨੂੰ ਕਿੰਨਾ ਲੱਡੂ ਉਸ ਵੇਲੇ ਕੌੜਾ ਲੱਗਦਾ ਉਹ ਹੀ ਜਾਣਦਾ ਅੱਖਾਂ 'ਚ ਕਈ ਵਾਰੀ ਪਾਣੀ ਆ ਜਾਂਦਾ ਉਹਨਾਂ ਦੇ ਸਾਹਮਣੇ ਠੀਠ ਜਾ ਹੋ ਕੇ ਖਾਦ ਲਿੰਦਾ ਪਰਾਂ ਜਾ ਕੇ ਬਹੁਤ ਘਰ ਦੇ ਵੀ ਗਾਲਾਂ ਕੱਢਦੇ ਵੀ ਤੂੰ ਦੱਸ ਉਹਨਾਂ ਦਾ ਲੱਡੂ ਮੂੰਹ 'ਚ ਪਾ ਲਿਆ ਹੁੰਦਾ ਮੈਨੂੰ ਕੀ ਪਤਾ ਬਾਅਦ ਦੱਸਿਆ ਉਹਨਾਂ ਨੇ ਟਰੈਕਟਰ ਲੈ ਕੇ ਆਏ ਆ ਉਦਾਂ ਬਾਬਾ ਬੁੱਢਾ ਸਾਹਿਬ ਵੀ ਜਾਣਾ ਵਾ ਉਦਾਂ ਦਰਬਾਰ ਸਾਹਿਬ ਵੀ ਜਾਣਾ ਵਾ ਉਦਾਂ ਪੰਜਾਂ ਤਖਤਾਂ ਦੀ ਯਾਤਰਾ ਵੀ ਕਰ ਆਇਆ ਉਹ ਬੰਦੇ ਆ ਮਨ ਮੰਦਰ ਤਨਵੇਸ ਕਲੰਦਰ ਘਟ ਹੀ ਤੀਰਤ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਾਵਾ ਅੰਦਰ ਨਾਉਣਾ ਸ਼ੁਰੂ ਕਰ ਅੰਦਰ ਇਸ਼ਨਾਨ ਕਰ ਬਾਣੀ ਇਹ ਸਿਖਾਉਂਦੀ ਹੈ ਪਰ ਤਨ ਪਰ ਤਨ ਪਰਤੀ ਨਿੰਦਾ ਪਰ અપਵਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹ પ્રસੰਗ ਨ ਤੂਟੈ ਜੇ ਕਰ ਕਥਾ ਹੋ ਤਾਂ ਹਰ ਸੰਤਨ ਜਿੱਥੇ ਕਥਾ ਹੁੰਦੀ ਹੈ ਉੱਥੇ ਮੇਰਾ ਜਾਣ ਨੂੰ ਜੀ ਨਹੀਂ ਕਰਦਾ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਇੱਕ ਨਿਮਖ ਮਾਤਰ ਵੀ ਉੱਥੇ ਜਾਣ ਨੂੰ ਦਿਲ ਨਹੀਂ ਕਰਦਾ ਕਿੱਥੇ ਜਾਣ ਨੂੰ ਜੀ ਕਰਦਾ ਹੈ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਮਾੜੇ ਬੰਦਿਆਂ ਦਾ ਮਾੜੇ ਬੰਦਿਆਂ ਕੋਲ ਬਹਿਣ ਨੂੰ ਬੜਾ ਦਿਲ ਕਰਦਾ ਤਾਂ ਹੀ ਆਖਿਆ ਸੀ ਨਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਕਿ ਕਿਉਂ ਕਿਹਾ ਸੀ ਭਲਾ ਬਿ ਚੰਗੇ ਬੰਦਿਆਂ ਦੇ ਕੋਲ ਬਵਾਂਗੇ ਚੰਗੀਆਂ ਗੱਲਾਂ ਸਿੱਖਾਂਗੇ ਮਾੜੇ ਬੰਦਿਆਂ ਕੋਲ ਬਵਾਂਗੇ ਮਾੜੀਆਂ ਗੱਲਾਂ ਸਿੱਖਾਂਗੇ ਤਾਂ ਪਿਆਰਿਓ ਇਹ ਜ਼ਿੰਦਗੀ ਦਾ ਇੱਕ اٹਲ ਸਚਾਈ ਹੈ ਜਨਮ ਮੌਤ ਇਹ ਹਰ ਇੱਕ ਮਨੁੱਖੀ ਜੀਵਨ ਦੇ ਵਿੱਚ ਆਉਣੀ ਹੈ ਪਰ ਜ਼ਿੰਦਗੀ ਨੂੰ ਕਿੱਦਾਂ ਜੀਉਣਾ ਹੈ ਇਹ ਮਨੁੱਖ ਦੇ ਆਪਣੇ ਜੀਵਨ ਤੇ ਨਿਰਪਰ ਕਰਦਾ ਹੈ ਵੇਖੋ ਮਾਤਾ ਸਵਰਨ ਕੌਰ ਮਾਵਾਂ ਦਾ ਇੱਕ ਬੜਾ ਵੱਡਾ ਯੋਗਦਾਨ ਹੁੰਦਾ ਹੈ ਸਾਡੇ ਜੀਵਨ ਦੇ ਵਿੱਚ ਜਿਨ੍ਹਾਂ ਕੋਲ ਮਾਵਾਂ ਹੁੰਦਿਆਂ ਨੇ ਆਪਣੇ ਬੱਚਿਆਂ ਨਾਲ ਦੁੱਖ ਸੁੱਖ ਸਾਂਝੇ ਕੀਤੇ ਜਾਂਦੇ ਨੇ ਇਹ ਭਾਗਾ ਵਾਲੇ ਪਰਿਵਾਰ ਨੇ ਜਿੱਥੇ ਕੋਈ ਆਪਣੀ ਮਾਂ ਨਾਲ ਗੱਲਾਂ ਬਾਤਾਂ ਕਰੇ ਦੁੱਖ ਸੁੱਖ ਫੋਲੇ ਜਿੱਥੇ ਨਾਲੇ ਸਭ ਤੋਂ ਵੱਡੀ ਗੱਲ ਜਿੱਥੇ ਪਰਿਵਾਰ ਸਾਂਝੇ ਹੋਣ